ਜੀ ਇੱਥੇ ਅਮਰੀਕਾ ਕੈਨੇਡਾ ਜਾ ਕੇ ਵੇਖੋ, 40-40 ਲੀਟਰ ਇੱਕ ਗਾਂ ਦੁੱਧ ਦਿੰਦੀ, 50 ਲੀਟਰ ਇੱਕ ਗਾਂ ਦੁੱਧ ਆਮ ਗਾਵਾਂ ਨੇ ਜੀ ਉੱਥੇ, ਆ ਅਮਰੀਕਨ ਜਿਹੜੀਆਂ ਆਪਣੇ ਫਿਰਦੀਆਂ ਡੱਬ ਖੜਦੀਆਂ, ਇਹੋ ਜਿਹੀਆਂ ਗਾਵਾਂ 40-50 ਲੀਟਰ ਦੁੱਧ ਦਿੰਦੀਆਂ, ਲਾਈਨ ਲੱਗ ਕੇ ਆਪਣੇ ਆਪ ਆਉਂਦੀਆਂ ਨੇ, ਵਾਰੀ ਵਾਰੀ ਆਈ ਜਾਂਦੇ ਮਸ਼ੀਨਾਂ ਨਾਲ ਚੋਂਦੇ ਐ। ਮੈਂ ਖੁਦ ਗਾਵਾਂ ਨੂੰ ਤੁਰਦੀਆਂ ਨੂੰ ਵੇਖਿਆ, ਤੁਰਦੀਆਂ ਦੀਆਂ ਧਾਰਾਂ ਆਪਣੇ ਆਪ ਹੀ ਨਿਕਲਦੀਆਂ, ਇੰਨਾ ਦੁੱਧ ਹੁੰਦਾ ਹੈ। ਆ ਸਾਡੇ ਵਾਲੇ ਚਾੜ ਚਾੜ ਕੇ, ਉੱਥੇ ਖੀਰ ਚਾੜ, ਉੱਥੇ ਦੁੱਧ ਚਾੜ, ਮਰ ਚੱਲੇ ਨੇ ਦੁੱਧ ਚਾੜ ਚਾੜ ਕੇ। ਫਿਰ ਇੱਕ ਨੇ ਸਿੰਘਾਂ ਤੋਂ ਫੜੀ ਹੁੰਦੀ ਗਾਂ, ਇੱਕ ਨੇ ਰੱਸਾ ਪੈਰਾਂ ਨੂੰ ਲੱਤਾਂ ਨੂੰ ਪਾਇਆ ਹੁੰਦਾ, ਇੱਕ ਨੂੜ ਪਾਇਆ ਹੁੰਦਾ, ਉਧਰੋਂ ਪਹਾੜਾ ਪਾਣਗੇ, ਟੀਕੇ ਲਾਣਗੇ, ਉਹ ਪਾਈਆ ਦੁੱਧ ਫੇਰ ਨੀ ਦਿੰਦੀ। ਦੇਖੋ ਸਰ, ਕਰ ਲੋ ਪੀਰਾਂ ਦੀ ਸੇਵਾ। ਲੈ ਅਮਰੀਕਾ ਕੈਨੇਡਾ ਵਾਲਿਆਂ ਨੂੰ ਕਿਸੇ ਪੀਰ ਬਾਬੇ ਦਾ ਅਤਾ ਹੀ ਨਹੀਂ ਉਹਨਾਂ ਦਾ।